ਸਤਿ ਸ਼੍ਰੀ ਅਕਾਲ ਭਾਣ ਜੀ। ਸਤਿ ਸ਼੍ਰੀ ਅਕਾਲ ਜੀ ਮਹਾਰਾਜ, ਕੀ ਹਾਲ ਜੀ? ਠੀਕ ਠਾਕ ਜੀ। ਹਾਂਜੀ, ਹੋਰ ਸੁਣਾ ਕਿਵੇਂ ਜੀ? ਬਹੁਤ ਵਧੀਆ ਸੈੱਟ ਆ ਜੀ। ਤੇ ਭਾਣ ਜੀ ਹੁਣ ਕਦੋਂ ਵਾਪਸੀ ਕਰਨੀ ਆ? ਹੁਣ 3 ਕੁ ਮਹੀਨੇ ਹੋਰ ਰੈਸਟ ਕਰਾਂਗੇ ਜੀ। 3 ਕੁ ਮਹੀਨੇ ਹੋ ਗਏ ਆ ਮਤਲਬ ਅਪਰੇਟ ਹੋਏ ਨੂੰ। ਠੀਕ, 3 ਕੁ ਮਹੀਨੇ ਹੋਰ ਰੈਸਟ ਕਰਕੇ ਆ ਜੀ। ਠੀਕ ਹਾਂਜੀ। ਤੇ ਹੁਣ ਭਗਵਾਨ ਦਿੰਦਾ ਸਾਥ ਪੂਰਾ? ਦਿੰਦਾ ਸਾਥ ਦਿੰਦਾ ਜੀ ਆਪਣਾ। ਹਾਂਜੀ, ਕਾਕੇ ਭਲਵਾਨ ਨੇ ਆਪਾਂ ਨੂੰ ਵਾਪਸ ਮੋੜਿਆ ਵਾ। ਆਪਾਂ ਤਾਂ ਸੋਚਿਆ ਸੀ ਵੀ ਨਹੀਂ ਅਪਰੇਟ ਕਰਾਉਣਾ। ਹਾਂਜੀ, ਕਾਕੇ ਭਲਵਾਨ ਨੇ ਸਪੋਰਟ ਕੀਤੀ ਵੀ ਨਹੀਂ ਤੂੰ ਕਰਾਉਣਾ ਵਾ ਅਪਰੇਟ, ਖੇਡਣਾ ਵਾ ਆਪਾਂ। ਮੈਂ ਭਲਵਾਨ ਜੀ ਮੈਂ ਖੇਡ ਲੂੰਗਾ ਤੇ ਉਸਤਾਦ ਮੇਰੇ ਨੇ ਕਿਹਾ ਵੀ ਖੇਡੂੰਗਾ ਖੇਡੂੰਗਾ ਕਿਉਂ ਨਾ। ਹਾਂਜੀ ਹਾਂਜੀ ਭਲਵਾਨ ਜੀ, ਹੁਣ ਪੰਜ ਕਿੱਦਾਂ ਮਿਹਨਤ ਮੂਹਨਤ? ਮਿਹਨਤ ਭਲਵਾਨ ਜੀ ਲਾਈਦੀ ਆ ਨਾਲ ਡਿਊਟੀ, ਤੁਹਾਨੂੰ ਪਤਾ ਡਿਊਟੀ ਵੀ ਚੱਲ ਜਾਈਦਾ ਵਾ। ਠੀਕ, ਪਰ ਮਿਹਨਤ ਮਤਲਬ ਭਲਵਾਨ ਜੀ ਲਾਈਦੀ, ਡੇਲੀ ਲਾਈਦੀ ਆ। ਹਾਂਜੀ, ਖੁਰਾਕ ਖੁਰਾਕ ਦਾ ਭਲਵਾਨ ਕਿੱਦਾਂ? ਖੁਰਾਕ ਭਲਵਾਨ ਜੀ ਚੱਲੀ ਜਾਂਦਾ ਜੀ, ਮਹਾਰਾਜ ਦੀ ਕਿਰਪਾ ਆ, ਨਾਲ ਖੁਰਾਕ ਤੁਹਾਨੂੰ ਪਤਾ ਖਾਣੀ ਪੈਣੀ। ਹਾਂਜੀ, ਇਹ ਗੱਲ ਸਹੀ ਆ। ਹਾਂਜੀ, ਇਹ ਆਪਣਾ ਖੇਡ ਕੇ ਆ ਜੇ, ਉਹ ਮੈਨੂੰ ਕਹਿੰਦਾ ਮੈਂ ਹਜੇ ਤਾਂ ਖੇਡਿਆ ਹੀ ਨਹੀਂ। ਮੇਰੇ ਦਿਲ ਚ ਹੋਇਆ ਕਿ ਮੈਂ ਯਾਰ ਪੁੱਛ ਵੀ ਲਿਆ ਇਹਨੂੰ ਹਨਾ, ਤੇ ਗਿਆ ਕਿਤੇ ਨੀ ਆ। ਫਿਰ ਮੈਂ ਮਹਾਰਾਜ ਨੂੰ ਮਹਾਰਾਜ ਬਾਹਰ ਕਲਾ ਦੀ। ਚਲੋ ਬਾਕੀ ਤੁਹਾਡੇ ਹੱਥ ਵਾਸੀ ਹੋਰ ਕੋਈ ਭਲਵਾਨ ਜੀ, ਆਪਾਂ ਚਲੋ ਆਪਾਂ ਵੀ ਤੁਹਾਡੇ ਸਿਰ ਤੋਂ ਚਲੋ ਪੇਜ ਪੂਜ ਬੰਦਾ ਚਲਾਉਂਦਾ ਫੇਰ ਹੀ ਬੰਦਾ ਸ਼ੋਅ ਹੁੰਦਾ ਇੱਦਾਂ ਗਾੜੀ, ਆਪਾਂ ਵੀ ਇੱਦਾਂ ਫਿਰ ਕੋਈ ਹੁੰਦਾ ਉੱਦਾਂ ਤੈਨੂੰ ਪਤਾ ਕੌਣ ਪੁੱਛਦਾ ਹੁਣ ਇੰਨੇ ਪੇਜ ਚੱਲੇ ਲੋਕੀ, ਇੰਨੇ ਕੁ ਲੋਕੀ ਚੱਲੇ ਨਾ ਪੁਰਾਣੇ ਪਲੇਅਰ ਹੀ ਬੜਾ ਕੋਲ ਤੈਨੂੰ ਪਤਾ ਕਿੰਨੇ ਲੋਕੀ ਗਾੜੀ ਉਹ ਪੇਚਾਂ ਨੇ, ਜਿੱਦਾਂ ਆਪਾਂ ਜਾਂਦੇ ਹਾਂ ਇੰਟਰਵਿਊ ਲੈਣ ਉਹ ਤਾਂ ਕਰ ਦਿੰਦੇ ਵੇਲਾ ਬੰਦੇ ਨੂੰ ਹਨਾ। ਸਹੀ, ਵਧੀਆ ਇਹ ਆਪਣਾ ਜਿਹੜਾ ਬਲੌਗ ਬਲੂ ਬੰਦਾ ਬਣਾਉਂਦਾ ਹਨਾ, ਜਿੱਦਾਂ ਆਪਣਾ ਚਲਾਉਂਦਾ ਇੱਦਾਂ ਜੁੜੇ ਇੱਕ ਪੰਜ ਯਾਦਗਾਰੀ ਆ ਪੱਕੀ। ਚਲੋ ਬਾਕੀ ਮਹਾਰਾਜ ਦੇ ਹੱਥ ਵਾ ਸਾਰਾ ਕੁਛ, ਆਪਾਂ ਕੀ ਕਰ ਸਕਦੇ ਹਾਂ। ਮਿਹਨਤ ਲਾਉਣੀ, ਮਿਹਨਤ ਸਾਰਾ ਕੁਝ ਕਰਦੀ ਹੈ ਜੀ ਬੰਦੇ, ਮਿਹਨਤ ਨਹੀਂ ਛੱਡਣੀ ਚਾਹੀਦੀ। ਮਿਹਨਤ ਲਾਈ ਜਾਓ ਗਾੜੀ ਮਹਾਰਾਜ ਦੇ ਹੱਥ ਆ, ਆਪਣਾ ਕੰਮ ਆ ਮਿਹਨਤ ਕਰਨਾ। ਬਾਕੀ ਕਾਲ ਪੁਰਖ ਆ ਜਿੱਧਰ ਨੂੰ ਲੈ ਜੇ ਇੱਧਰ ਨੂੰ ਜਾਣਾ ਚਾਹੀਦਾ। ਹਾਂਜੀ, ਬਾਕੀ ਚਲੋ ਹਰ ਕਦੇ ਉਦਾਂ ਜੇ ਬਣਦੀ ਗੱਲ ਤੇ ਸਾਰਾ ਕੁਝ ਮੇਰਾ ਤੇ, ਚਲੋ ਕੈਨੇਡਾ ਦਾ ਵੀ ਬਣਦਾ ਉਹ ਵੀ, ਚਲੋ ਬਾਬੇ ਰਹਿ ਗਿਆ, ਯੂਰਪ ਦੀ ਗੱਲ ਹੁੰਦੀ ਸੀ ਉਹ ਵੀ ਰਹਿ ਗਈ, ਬਾਕੀ ਤੈਨੂੰ ਪਤਾ ਹੁਣ ਕੀ ਕਹਿ ਸਕਦੇ ਆਪਾਂ ਕਿਸੇ ਨੂੰ ਤਾਂ ਨਹੀਂ। ਬਾਕੀ ਮਹਾਰਾਜ ਦੇ ਹੱਥ ਵਾ ਹਨਾ, ਆਪਾਂ ਚਲੋ ਬਾਕੀ ਤੈਨੂੰ ਪਤਾ ਆਪਣੀ ਮਹਾਰਾਜ ਕਰਦੇ ਕਿਰਪਾ, ਆਪਾਂ ਕੀ ਕਹਿ ਸਕਦੇ ਹਨਾ। ਕੀ ਪਤਾ ਚਲੋ ਜਿਹੇ ਦਾ ਨਿਗਾਹ ਕੇ ਦੀ ਕਰਦਾ ਵਾ, ਕੇ ਨਿਗਾਹ ਪੈ ਜੇ ਚਲੋ ਮਹਾਰਾਜ, ਆਪਾਂ ਕਿਹੜਾ ਤੈਨੂੰ ਪਤਾ ਮਾੜੇ ਆ ਆਪਾਂ, ਚਲੋ ਮਹਾਰਾਜ ਇਹੋ ਹੀ ਆ, ਚਲੋ ਬੇਨਤੀ ਆ ਚਲੋ ਕੋਈ ਕਰਦੇ ਕਿਰਪਾ ਤੇ ਚੱਲ ਚੁਲ ਜਾਵਾਂਗੇ ਤੇ ਬਾਹਰ ਵੇਖੂ ਖਾਵਾਂਗੇ, ਬਾਕੀ ਤੇ ਬਾਬਲੀ ਕਿਰਪਾ ਇੱਥੇ ਖੇਡੀ ਜਾਂਦੇ ਨਹੀਂ, ਬਾਕੀ ਰੋਟੀ ਪਾਣੀ ਚੱਲੀ ਜਾਂਦਾ ਆਪਣਾ, ਬਾਹਰ ਦਾ ਸੁਪਨਾ ਹੀ ਹੁੰਦਾ ਕਦੇ ਜਾਣਾ ਮਨ ਚ, ਕੀ ਫਿਰ ਬੰਦਾ ਹੋਰ ਆ ਕੇ ਤਕੜਾ ਹੁੰਦਾ, ਮੈਂ ਜਦੋਂ ਆਪਾਂ ਬਾਹਰੋਂ ਗਏ ਮਿਹਨਤ ਲਾਈਏ ਫਿਰ ਅਗਲੇ ਸਾਲ ਤਕੜੇ ਜਾਵਾਂਗੇ ਤੇ ਨਹੀਂ। ਹਾਂਜੀ, ਚਲੋ ਬਾਕੀ ਉਹ ਜਿਹੜੀ ਮਹਾਰਾਜ ਦੇ ਹੱਥ ਵਾਸ ਸਾਰਾ ਕੁਛ, ਬਾਕੀ ਕੀ ਕਹਿ ਸਕਦੇ ਹੁਣ ਆਪਣਾ ਨਹੀਂ, ਕਿਸਮਤ ਹੀ ਹੌਲੀ ਹੈ ਆਪਣੀ ਨਹੀਂ ਚੱਲਦੀ, ਚਲੋ ਬਾਕੀ ਕਿਰਪਾ ਬਾਬੇ ਦੀ ਇੱਥੇ ਚੱਲੀ ਜਾਂਦਾ ਰੋਟੀ ਪਾਣੀ, ਪਰ ਇੱਕ ਨਾ ਸੁਪਨਾ ਹੈਗਾ ਬਾਹਰ ਜਾਣਾ ਕੋਈ, ਚਲੋ ਕਰਦੇ ਕਿਰਪਾ ਆਪਾਂ ਜਾਣਾ ਇੱਕ ਨਾ, ਜੀ ਕਰਦਾ ਬਾਹਰ ਜਾਣ ਨੂੰ ਇੰਨਾ ਚਿਰ ਕਬੱਡੀ ਖੇਡੀ ਆ, ਇੱਕ ਨਾ ਚਲੋ ਇੰਨੇ ਕੁ ਤਗੜੇ ਹੋਣਾ ਮਿਹਨਤ ਮੁਹਨਤ ਲਾ ਕੇ ਹੋਣਾ ਤੇ ਜਾਣਾ ਵਾ ਬਾਹਰ, ਬਸ ਪੈਸੇ ਕਿਹੜੇ ਜੁੜਦੇ ਹਨ ਜਿੰਨੇ ਆਪਾਂ, ਤੈਨੂੰ ਪਤਾ ਤਾਜ਼ੀ ਖੁਰਾਕ ਖਾਣੀ ਘਰੇ, ਤੈਨੂੰ ਪਤਾ ਹੁਣ ਸਾਰਾ ਕੁਛ ਚੱਲਦਾ ਵਾ, ਇਹਨਾਂ ਪੈਸਿਆਂ ਨਾਲ ਚਲੋ ਬਾਹਰ ਦੀ ਇਹ ਗੱਲ ਹੁੰਦੀ ਚਲੋ ਕਿਰਪਾ ਹੁੰਦੀ ਬਾਬੇ ਦੀ, ਚਲੋ ਪੈਸੇ ਇਕੱਠੇ ਮਿਲ ਜਾਂਦੇ ਹਨਾ। ਹਾਂਜੀ, ਇੱਥੇ ਹੁਣ ਤੈਨੂੰ ਪਤਾ 2000 ਮਿਲ ਗਿਆ, 1500 ਮਿਲ ਗਿਆ, 2500 ਮਿਲ ਗਿਆ, ਹੁਣ ਆਪਦਾ ਤੈਨੂੰ ਪਤਾ ਖਰਚਾ ਪਾਣੀ ਵੀ ਚੱਲਦਾ, ਖੁਰਾਕ ਖਰੂਕ ਵੀ ਖਾਣੀ ਹੁੰਦੀ ਬੰਦੇ ਨੇ। ਸਹੀ, ਤੇ ਬਾਕੀ ਇਹਨਾਂ ਸੁਪਨਾ ਵਾਸਤੇ ਮਿਹਨਤ ਲਾ ਕੇ ਜਾਣਾ ਵਾ ਬਾਹਰ, ਹਾਂ ਇਹ ਆਪਾਂ ਧਾਰ ਲਿਆ ਵਾ ਯਾਰ, ਅਗਲੇ ਸਾਲ ਜਾਣਾ ਵਾ ਬਸ,
ਕਿਰਪਾ ਕਰਦੇ ਬਾਬਾ ਮਹਾਰਾਜ ਕੋਈ ਨਾ ਜ਼ਰੂਰ ਬਣਾ ਤਗੜੇ ਹੋਣਾ ਵਾ ਹੁਣ ਮਿਹਨਤ ਲਾ ਕੇ ਆਪ ਕੋਈ ਕਹੂਗਾ ਹਾਂ ਯਾਰ ਕੋ ਭਲਵਾਨ ਦੀ ਗੱਲ ਕਰਾਉਣੀ ਆਪਾਂ ਉਹਨੂੰ ਸੱਦਣਾ ਵਾ ਇੱਦਾਂ ਕਹਿਣਾ ਤੇ ਫਿਰ ਆਪਾਂ ਜਾਣਾ ਜਿੱਦਾਂ ਭਲਵਾਨ ਜੀ ਭਲਵਾਨ ਦਾ ਕਹਿੰਦਾ ਲੋਕੀ ਜਾਂਦੇ ਉਹ ਤਗੜੇ ਹੋ ਕੇ ਜਾਣਾ ਹਾਂ ਇਹ ਲੋਕ ਕਹਿੰਦੇ ਲੈ ਯਾਰ ਇੱਦਾਂ ਉਹ ਇੱਦਾਂ ਕਰਦਾ ਉਹ ਦਿੱਤੇ ਵਾਲਾ ਉਹ ਚੱਲ ਬਾਕੀ ਇੱਕ ਨਾ ਵਿਖਾਉਣਾ ਲੋਕਾਂ ਨੂੰ ਤੇ ਹੈਗਾ ਵਾ ਭਲਵਾਨ ਬਸ ਲੋਕਾਂ ਨੇ ਮੂੰਹ ਬੰਦ ਕਰਨੇ ਆ ਜਿਹੜਾ ਬੰਦਾ ਆਉਂਦਾ ਨਹੀਂ ਯਾਰ ਇਹ ਨਹੀਂ ਚੱਲਦਾ ਘਾਲ ਗਰਾਊਂਡ 'ਤੇ ਚੱਲਣਾ ਇਹ ਬਾਹਰ ਨਹੀਂ ਚੱਲਣਾ ਇੱਕ ਨਾ ਆਪਾਂ ਕੋਈ ਸਾਧ ਲਵੇ ਬਸ ਆਪਾਂ ਢੋਲੀ ਪਾਉਣੀ ਉੱਥੇ ਜਾ ਕੇ ਇੰਨੀ ਕੁ ਮਿਹਨਤ ਲਾਉਣੀ ਯਾਰ ਕਾ ਹਾਂਜੀ ਬਾਕੀ ਚਲੋ ਮਹਾਰਾਜ ਹੱਥ ਵਾ ਸਾਰਾ ਕੁਛ ਨਹੀਂ ਸਹੀ ਗੱਲ ਕਰ ਦੂ ਕਿਰਪਾ ਦੇ ਫਿਰ ਚੱਲ ਜਾਵਾਂਗੇ ਹਾਂਜੀ ਬਾਕੀ ਜ਼ਰੂਰ ਭਾਣਾ ਬਾਕੀ ਬੜਾ ਤੇਜ਼ ਜਵਾਨ ਹੀ ਹੁਣ ਸੁਲੱਖੀ ਹਜੇ ਚਲੋ ਮਹਾਰਾਜ ਕਿਤੇ ਕਰਦੇ ਕਿਰਪਾ ਦੇ ਚਲੋ ਆਪਾਂ ਤੇਰਾ ਵੀ ਕਿਤੇ ਗੁਣ ਨਹੀਂ ਭੁੱਲਾਂਗੇ ਚਲੋ ਕਿਤੇ ਚਲੋ ਆਪਣਾ ਟਲ ਗਿਆ ਕਿਤੇ ਰੋਕ ਹਨਾ ਬਾਕੀ ਚਲੋ ਮਹਾਰਾਜ ਦੇ ਹੱਥ ਸਾਰਾ ਕੁਛ ਮਿਹਨਤ ਲਾਈ ਲਾਈ ਉਹਨੇ ਉੱਥੇ ਮਿਹਨਤ ਮੁਹਨਤ ਲਾ ਕੇ ਗੋਪੀ ਭਾਣ ਆਪਣਾ ਸਭਰਾਂ ਵਾਲਾ ਉਹ ਆਪਣਾ ਉਸਤਾਦ ਵਾ ਹਾਂਜੀ ਤੇ ਬਾਕੀ ਸਾਰੇ ਹਰਪਾਲ ਹੋ ਗਿਆ ਸਾਰੇ ਬੰਦੇ ਬਹੁਤ ਸਾਥ ਦਿੰਦੇ ਆਪਣਾ ਗੁਰਦਿੱਤਾ ਵੱਡਾ ਹੋ ਗਿਆ ਨਿੱਕਾ ਹੋ ਗਿਆ ਆਪਣੀ ਟੀਮ ਯਾਰ ਬਹੁਤ ਸਾਥ ਦਿੰਦੀ ਆਪਣਾ ਨੂੰ ਕਿਤੇ ਮਾੜਾ ਨਹੀਂ ਕਿਤੇ ਕੀਤਾ ਨਹੀਂ ਦਿੰਦੇ ਬਾਕੀ ਕਿਰਪਾ ਬਾਬੇ ਦੀ ਉਹ ਕਹਿੰਦੇ ਕੋਈ ਗੱਲ ਨਹੀਂ ਉਹ ਇਹਨਾਂ ਨੇ ਯਾਰ ਆਪਣਾ ਕਰਦੇ ਬਹੁਤ ਆ ਬਾਕੀ ਚਲੋ ਬਾਕੀ ਆਪਣੇ ਹੱਥ ਬਸ ਉਹਦੇ ਵਾਧੂ ਜ਼ੋਰ ਲਾਉਂਦੇ ਬਾਬੇ ਦੀ ਕਿਰਪਾ ਨਾ ਸਹੀ ਬਾਕੀ ਤੈਨੂੰ ਪਤਾ ਫਿਰ ਅਗਲੇ ਇਹਨਾਂ ਵੀ ਹੁੰਦਾ ਹੋਣਾ ਹਾਂਜੀ ਬਾਕੀ ਆਪਣਾ ਬਹੁਤ ਕਰਦੇ ਸਾਰੇ ਮਹਾਰਾਜ ਦੇ ਡੋਰਾਂ ਛੱਡੀਆਂ ਜੇ ਕਰਤੀ ਕਿਰਪਾ ਕੀ ਪਤਾ ਆਪਾਂ ਬਣ ਜਾਈਏ ਬਾਬੇ ਦੀ ਕਿਰਪਾ ਚੱਲ ਜਾਈਏ ਬਾਹਰ ਸਹੀ ਗੱਲ ਬਾਕੀ ਚਲੋ ਇੱਕ ਤੈਨੂੰ ਪਤਾ ਮਹਾਰਾਜ ਨੇ ਉੱਤੇ ਚੜਾਉਣਾ ਵਾ ਜੋ ਕਰਨਾ ਉਹਨਾਂ ਨੇ ਬਾਕੀ ਸਾਰਾ ਮਹਾਰਾਜ ਦੇ ਹੱਥ ਵਾਸੀ ਆ ਬਾਕੀ ਤੈਨੂੰ ਪਤਾ ਮੈਚ ਵਧੀਆ ਲੱਗੀ ਜਾਂਦੇ ਇੱਥੇ ਵੀ ਚਲੋ ਮਹਾਰਾਜ ਰੋਟੀ ਪਾਣੀ ਚਲਾਈ ਜਾਂਦਾ ਆਪਣਾ ਕੌਣ ਪਹਿਲਾਂ ਕਦੇ ਗਏ ਬਾਹਰ ਮੈਂ ਯਾਰ ਇੱਕ ਜਿਕਰ ਨਿਊਜ਼ੀਲੈਂਡ ਹੀ ਉੱਥੇ ਦੂਜੇ ਆਪਣਾ ਮਲੇਸ਼ੀਆ ਗਿਆ ਠੀਕ ਆ ਉਦੋਂ ਵੀ ਇੱਦਾਂ ਹੀ ਟਾਈਮ ਪਾਸ ਜਿਹਾ ਕਰ ਰਹੇ ਉੱਥੇ ਜਾ ਕੇ ਤੇ ਮੁੜ ਕੇ ਬਾਬੇ ਦੀ ਕਿਰਪਾ ਵੀਜ਼ਾ ਵੀਜ਼ਾ ਨਹੀਂ ਲੱਗਾ ਕਿਤੇ ਦੇ ਚਲੋ ਐਰਕਾ ਬਣਦੀ ਫਿਰਦੀ ਗੱਲ ਚਲੋ ਮਹਾਰਾਜ ਨੇ ਫਿਰ ਹਾਂਜੀ ਪਤਾ ਨਹੀਂ ਮਾੜੇ ਕਰਮ ਦੇ ਜਾਂ ਮਾੜੇ ਕਰਮ ਦੇ ਨਹੀਂ ਕੀਤੇ ਜਾ ਰਹੇ ਮਾੜੇ ਹੀ ਵਿਆਦੇ ਜਾ ਰਹੇ ਆ ਮਾੜੇ ਨਹੀਂ ਮਾੜੇ ਜਾ ਰਹੇ ਚਲੋ ਬਾਕੀ ਕਿਤੇ ਕਰ ਦੂ ਕਿਰਪਾ ਮਹਾਰਾਜ ਆਪਾਂ ਕਿਹੜਾ ਕਿਹੜਾ ਮਾੜਾ ਕਰਦੇ ਹਾਂ ਆਪਾਂ ਹਰ ਕਿਸੇ ਨੂੰ ਕਹਿੰਦੇ ਚੱਲ ਕੋਈ ਨਹੀਂ ਵਧੀਆ ਗੇੜ ਖੇਡਿਆ ਕਰੋ ਕੋਈ ਚੱਕਰ ਨਹੀਂ ਹਨਾ ਹਾਂਜੀ ਬਾਕੀ ਚਲੋ ਬਾਕੀ ਮਹਾਰਾਜ ਦਾ ਹੱਥ ਵਾਸਵਾ ਤੁਹਾਡੇ ਹੱਥ ਵਾਸ ਭਰਾਵਾ ਆਪਾਂ ਤੁਸੀਂ ਆਪਣੇ ਭਰਾ ਜਿੱਦਾਂ ਵੀਡੀਓ ਬਣਾ ਕੇ ਤੁਸੀਂ ਪਾਉਂਦੇ ਚਲੋ ਵਧੀਆ ਯਾਰ ਇਹ ਵੀ ਬੰਦਾ ਗਾੜੀ ਸ਼ੋਅ ਹੁੰਦਾ ਉੱਦਾਂ ਤੈਨੂੰ ਪਤਾ ਕੋਈ ਫਿਰ ਉੱਦਾਂ ਕੋਈ ਪੁੱਛਦਾ ਵੀ ਨਹੀਂ ਆ ਹੁਣ ਤੁਹਾਡੇ ਨਾਲ ਵਾ ਜੁੜੇ ਜੁੜੇ ਲੋਕੀ ਚਲੋ ਇੱਦਾਂ ਬੰਦਾ ਸ਼ੋਅ ਜਿਹਾ ਹੋ ਜਾਂਦਾ ਜ਼ਿਆਦਾ ਚਲੋ ਕੀ ਪਤਾ ਕੋਈ ਮਾਂ ਬਾਂਹ ਫੜ ਹੀ ਲਵੇ ਕੋਈ ਕੋਈ ਕਰਨੀ ਆ ਨਹੀਂ ਚਲੋ ਬਾਕੀ ਮਹਾਰਾਜ ਦੀ ਡੋਰਾਂ ਵਾ ਕੀ ਪਤਾ ਅਰਕਾ ਕੋਈ ਫੜ ਹੀ ਲਵੇ ਹੱਥ ਲੂਜੀ ਲੂਜੀ ਲੈਣ ਦਾ ਕਿਤੇ ਬਾਬੇ ਦੀ ਕਿਰਪਾ ਨਾ ਕਰਦੇ ਕੋਈ ਕਿਰਪਾ ਬਾਬੇ ਦੀ ਨਾ ਵੀਰ ਨੂੰ ਕਰ ਦੋਗੇ ਫਿੱਟ ਨਾਲ ਹੀ ਇਹਨੂੰ ਕਰ ਲੈਣਾ ਆਪਾਂ ਫਿੱਟ ਇਹ ਆਪਣਾ ਪੱਠਾ ਦੇ ਕਾਹ ਵਾ ਠੀਕ ਆ ਇਹਨਾਂ ਦੋਵਾਂ ਨੂੰ ਕਰ ਲੈਣਾ ਸੈੱਟ ਠੀਕ ਬਾਕੀ ਇਹਨਾਂ ਨੂੰ ਬਾਕੀ ਤੈਨੂੰ ਪਤਾ ਰੱਬ ਦੇ ਹੱਥ ਵਾਸਣਾ ਆਪਾਂ ਕਬੱਡੀ ਕਿਤੇ ਘੋਲ ਕੇ ਨਹੀਂ ਪਾਉਣੀ ਬਾਕੀ ਮਿਹਨਤ ਮੂਹਨਤ ਬਾਬੇ ਦੀ ਕਿਰਪਾ ਨਾਲ ਲਾਉਂਦੇ ਆ ਨਾਲ ਚੱਲ ਮੈਚ ਮੂਹਨ ਕਰਾਂਗੇ ਸੈੱਟ ਇਹਨੇ ਪ੍ਰੀਖਣ ਪੁਰੀਖਣ ਕਰਾਇਆ ਵਾ ਇਹ ਪਹਿਲਾਂ ਬੈਠਾ ਹੀ ਘਰੇ ਕਹਿੰਦਾ ਮੈਂ ਖੇਡਣੀ ਨਹੀਂ ਆ ਮੇਰਾ ਜੀ ਕਰਦਾ ਫਿਰ ਮੈਂ ਚੱਲ ਕਰਾ ਲਾ ਕਰਾਂ ਹਾਂਜੀ ਬਾਕੀ ਤੈਨੂੰ ਪਤਾ ਬਾਕੀ ਨੌਕਰੀ ਤੇ ਲੱਗਾ ਹੈਗਾ ਸੀ ਪਰ ਇਹ ਕਹਿੰਦਾ ਮੇਰਾ ਜੀ ਕਰਦਾ ਮੈਂ ਚੱਲ ਕਰ ਲਾ ਤਿਆਰੀ ਖੇਡਣ ਨੂੰ ਖੇਡਣ ਨੂੰ ਕਹਿੰਦਾ ਜੀ ਕਰਦਾ ਮੈਂ ਚੱਲ ਕੋਈ ਨਹੀਂ ਕਰਾਉਣਾ ਪੂਰੀ ਘਰੋਂ ਖੋਲ ਲਾ ਘਰੋਂ ਪੂਰੀ ਖੋਲ ਵਾ ਹਾਂਜੀ ਘਰੋਂ ਪੂਰੀ ਖੋਲਿਆ ਜੀ ਕਰਦੀ ਆ ਬਹੁਤ ਜਿਆਦਾ ਸਪੋਰਟ ਹੈ ਨਾਲ ਆਪਾਂ ਨੂੰ ਇੱਕ ਆਪਣਾ ਪੱਠਾ ਆ ਇਹਨੂੰ ਵੀ ਚੱਲ ਮਹਾਰਾਜ ਕਰ ਦੂ ਕਿਰਪਾ ਹਾਂਜੀ ਜਿੱਦਾਂ ਹੋਇਆ ਤੇ ਨਹੀਂ
ਸਹੀ ਗੱਲ ਜੇ ਲੋਕੀ ਟਿੱਚਰਾਂ ਟੁੱਚਰਾਂ ਇਹਨੂੰ ਕਰਦੇ ਨੇ ਇੱਕ ਦਿਨ ਵੇਖੀ ਰੱਬੀ ਦੀ ਕਿਰਪਾ ਬਹੁਤ ਤਾਂ ਜਾਣਾ ਕਿ ਨਹੀਂ ਟਿੱਚਰਾਂ ਹੀ ਲੋਕਾਂ ਨੂੰ ਤਗੜਾ ਕਰਦੀਆਂ ਜਿਹੜੇ ਲੋਕ ਟਿੱਚਰਾਂ ਕਰਦੇ ਨੇ ਉਹ ਤਗੜਾ ਕਰਾਉਂਦੀਆਂ ਬੰਦਾ ਫੇਰ ਹੀ ਮਿਹਨਤ ਲਾਉਂਦਾ ਜ਼ਿਆਦੀ ਸੋਚ ਸੋਚ ਕੇ ਫੇਰ ਹੀ ਤਗੜਾ ਹੁੰਦਾ ਉਦਾਂ ਤੈਨੂੰ ਪਤਾ ਕੋਈ ਤਗੜਾ ਨਹੀਂ ਹੁੰਦਾ ਨਹੀਂ ਸਹੀ ਗੱਲ ਬਾਕੀ ਚਲੋ ਬਾਕੀ ਜਿੰਨੇ ਬੰਦੇ ਨੂੰ ਮਤਲਬ ਅੱਜ ਸੱਟਾਂ ਦੇ ਭਲਵਾਨ ਜੀ ਆਪਣੀਆਂ ਗਹਿਣਾ ਵਾ ਪਲੇਅਰਾਂ ਦੀਆਂ ਮੈਂ ਤਾਂ ਸੋਚਦਾ ਵੀ ਇੱਕ ਗਹਿਣਾ ਵਾ ਕੋਈ ਨਹੀਂ ਲੱਗਣੀ ਉਹ ਲੱਗ ਹੀ ਜਾਂਦੀ ਆ ਤਿੰਨ ਸਾਲ ਪੁਰਾਣੀ ਸੱਟ ਸੀ ਹੁਣ ਮਹਾਰਾਜ ਦੀ ਕਿਰਪਾ ਨਾਲ ਪਰੇਟ ਮਤਲਬ ਸੈੱਟ ਹੋ ਗਿਆ ਕਿਰਪਾ ਵਾ ਮਹਾਰਾਜ ਦੇ ਹੱਥੇ ਦੀ ਆਪਾਂ ਆਪਣੀ ਕਿਰਪਾ ਮਹਾਰਾਜ ਦੀ ਚਾਹੀਦੀ ਬਾਬੇ ਦੀਪ ਸਿੰਘ ਦੀ ਆਪਾਂ ਮਿਹਨਤ ਲਾਉਂਦੇ ਹਾਂ ਮਹਾਰਾਜ ਜਾਣਦਾ ਇਧਰ ਨੂੰ ਲੈ ਜੂਗਾ ਭਲਵਾਨ ਜੀ ਆਪਾਂ ਉਧਰ ਰੋਣਾ ਸੱਟ ਕਿੱਥੇ ਲੱਗੀ ਸੀ ਮੈਚ ਸੱਟ ਭਲਵਾਨ ਜੀ ਤੇ ਪਲਾਸੋਰ ਮੈਚ ਜੀ ਪਲਾਸੋਰ ਠੀਕ ਆ ਪਲਾਸੋਰ ਤਰਨਤਾਰਨ ਲੱਗੇ ਮੈਚ ਸੀ ਤੇ ਉੱਥੇ ਮੈਂ ਕਬੱਡੀਆ ਪਾਉਣ ਲਿਆ ਸੀ ਘੇਰੀ ਵਾਲਾ ਮੈਚ ਸੀ ਹਾਂਜੀ ਫਿਰੋਜ਼ਪੁਰ ਦਾ ਹੀ ਮੁੰਡਾ ਉਹ ਤੋਂ ਮਤਲਬ ਲੱਗ ਗਈ ਚਲੋ ਆਪਾਂ ਕਬੱਡੀ 'ਚ ਕਹਿੰਦੇ ਨਹੀਂ ਤਿਲਕਣਬਾਜੀ ਆ ਹਾਂਜੀ ਉੱਥੇ ਗੋਪੀ ਭਲਵਾਨ ਸੀ ਤੇਜਾ ਸਿੰਘ ਵਾਲਾ ਤੇ ਬਾਅਦ 'ਚ ਹੁਣ ਜਦੋਂ ਮੱਖੀ ਭਲਵਾਨ ਦਾ ਤੇ ਗੋਪੀ ਭਲਵਾਨ ਦਾ ਐਕਸੀਡੈਂਟ ਉੱਥੇ ਗੱਡੀ ਦਾ ਨਹੀਂ ਹੋਇਆ ਸਕੋਰਪੀਓ ਦਾ ਹਨਾ ਤੇ ਭਲਵਾਨ ਦਾ ਪਤਾ ਲੈਣ ਗਿਆ ਸੀ ਮੈਂ ਜਲੰਧਰ ਗੋਇਲ ਡਾਕਟਰ ਤੋਂ ਉੱਥੇ ਗੁਲਜ਼ਾਰੀ ਭਲਵਾਨ ਮਿਲ ਪਿਆ ਤੇ ਉਹਨਾਂ ਨੇ ਕਿਹਾ ਵੀ ਕੋਈ ਨਹੀਂ ਸੁਰਿੰਦਰ ਤੂੰ ਕਰਾ ਲਾ ਪਰੇਡ ਵੀ ਵਧੀਆ ਡਾਕਟਰ ਹਾਂਜੀ ਮਤਲਬ ਹੌਸਲਾ ਇਹ ਦੇ ਤਾ ਫਿਰ ਭਲਵਾਨ ਜੀ ਆਪਾਂ ਮਹਾਰਾਜ ਦੀ ਕਿਰਪਾ ਨਾਲ ਠੀਕ ਆ ਸੈੱਟ ਆ ਮਿਹਨਤ ਲਾਈ ਦੀ ਆ ਠੀਕ ਆ ਕਾਲੀ ਮਹਾਰਾਜ ਤੇ ਡੋਰਾਂ ਜੀ ਜਿੱਧਰ ਨੂੰ ਲੈ ਜਾਊਗਾ ਜੀ ਹਾਂਜੀ ਇਹ ਗੱਲ ਬਾਕੀ ਦਾ ਮਹਾਰਾਜ ਦਾ ਹੱਥਵਾਸੀ ਆ ਤੇ ਨਹੀਂ ਆਪਣੇ ਕੰਮ ਤੇ ਲੱਗਾ ਕਾਕੇ ਭਲਵਾਨ ਨੇ ਮੈਨੂੰ ਜੋ ਲਾ ਲਾ ਕੇ ਮਤਲਬ ਗਰਾਉਂਡੇ ਖੜਿਆ ਮਤਲਬ ਮੈਂ ਗਰਾਊਂਡ ਤੋਂ ਦੂਰ ਹੋ ਗਿਆ ਭਾਜੀ ਇੱਕ ਦਿਨ ਬਾਕੀ ਮਹਾਰਾਜ ਦੇ ਹੱਥ ਆਈ ਸਾਰਾ ਕੁਛ ਬਾਕੀ ਭਲਵਾਨ ਜੀ ਮਿਹਨਤ ਲਾਈ ਦੀ ਹੁਣ ਡਿਊਟੀ ਵੀ ਤੁਹਾਨੂੰ ਪਤਾ ਨਾਲ ਪੁਲਿਸ ਦੀ ਕਰਨੀ ਪੈਂਦੀ ਆ ਮਜਬੂਰੀ ਆ ਕਰਦੇ ਹਾਲਾਤ ਹੁੰਦੇ ਇੱਦਾਂ ਦੇ ਬੰਦੇ ਨੂੰ ਡਿਊਟੀ ਵੀ ਕਰਨੀ ਪੈਂਦੀ ਬਾਕੀ ਭਲਵਾਨ ਜੀ ਕਬੱਡੀ ਖੇਡਦੇ ਨੂੰ ਤੇ ਆਪਾਂ ਨੂੰ ਵੀ ਮਤਲਬ 8-9 ਸਾਲ ਹੋ ਹੀ ਗਏ ਤੁਹਾਡੇ ਇੱਕੋ ਚਾਹ ਕਿ ਮੈਂ ਕਬੱਡੀ ਖੇਡਣੀ ਹਾਂ ਹਾਂਜੀ ਭਲਵਾਨ ਜੀ ਜਿੱਦਾਂ ਮਨ 'ਚ ਇਹ ਇੱਛਾ ਸੀ ਵੀ ਕਦੇ ਕੰਮ ਤੇ ਲੱਗਾਂਗੇ ਖੁਰਾਕ ਖਾਵਾਂਗੇ ਤੇ ਤਗੜੇ ਹੋਵਾਂ ਕਬੱਡੀ ਖੇਡਾਂਗੇ ਹੁਣ ਮਹਾਰਾਜ ਦੀ ਕਿਰਪਾ ਨਾਲ ਪੁਲਿਸ ਦੀ ਨੌਕਰੀ ਕਰਦੇ ਹਾਂ ਪਰ ਭਲਵਾਨ ਜੀ ਮੈਨੂੰ ਕੋਈ ਉਹ ਨਹੀਂ ਹੈਗਾ ਪੁਲਿਸ ਦੀ ਵਰਦੀ ਨੂੰ ਸ਼ੌਂਕ ਨਹੀਂ ਜਿੰਨਾ ਮੈਂ ਕਬੱਡੀ ਨੂੰ ਪਿਆਰ ਕਰਦਾ ਵਾਂ ਮਤਲਬ ਮੈਨੂੰ ਕਬੱਡੀ ਆ ਮਤਲਬ ਕਿ ਮੈਂ ਕਬੱਡੀ ਖੇਡਣੀ ਆ ਵੀ ਮੈਂ ਕਬੱਡੀ ਖੇਡ ਕੇ ਮਹਾਰਾਜ ਦੀ ਕਿਰਪਾ ਨਾਲ ਮਤਲਬ ਵੀ ਮੈਨੂੰ ਪੈਸੇ ਦਾ ਵੀ ਹੈ ਨਹੀਂ ਆ ਮੈਨੂੰ ਇਹ ਵੀ ਨਹੀਂ ਆਏ ਵੀ ਪੁਲਿਸ 'ਚ ਪੈਸੇ ਮੈਨੂੰ ਕੋਈ ਹੈਗਾ ਨਹੀਂ ਚੱਲ ਬਾਕੀ ਮਹਾਰਾਜ ਨੇ ਤਗੜਾ ਕਰ ਦੇਣਾ ਤੈਨੂੰ ਪਤਾ ਜਿਹੜਾ ਬੰਦਾ ਦਿਲੋਂ ਮਿਹਨਤ ਲਾਉਂਦਾ ਉਹਨੂੰ ਤਗੜਾ ਕਰਨਾ ਹੀ ਕਰਨਾ ਯਾਰ ਤੈਨੂੰ ਪਤਾ ਵਾ ਚਲੋ ਬਾਕੀ ਆਪਾਂ ਮਹਾਰਾਜ ਕਿਰਪਾ ਵਾ ਸਾਰਿਆਂ ਦੀ ਚਲੋ ਬਹੁਤ ਜ਼ਿਆਦਾ ਆਪਾਂ ਨੂੰ ਮਤਲਬ ਜਿਹੜਾ ਭਲਵਾਨ ਮਤਲਬ ਪੁਰਾਣੇ ਆਪਾਂ ਨੂੰ ਜਾਣਦੇ ਸਾਰੇ ਭਲਵਾਨ ਮਤਲਬ ਵਧੀਆ ਮਤਲਬ ਬੋਲਦੇ ਆ ਵੀ ਮਿਹਨਤ ਲਾ ਤੂੰ ਮਿਹਨਤ ਲਾ ਤਗੜਾ ਹੋ ਤਗੜਾ ਹੋ ਮਤਲਬ ਹੌਂਸਲਾ ਹੀ ਆ ਭਲਵਾਨ ਜੀ ਭਲਵਾਨ ਦਾ ਬਹੁਤ ਜ਼ਿਆਦਾ ਹੌਂਸਲਾ ਆਪਾਂ ਨੂੰ ਉਸਤਾਦ ਆਪਣਾ